ओ हाँ जी, सत श्री अकाल दोस्तों, स्वागत कर रहे थोड़ा नवी वीडियो दे विच। सो सब तो पहला मैं माफ़ी मांगदा क्योंकि वीडियो जिहड़ियां नहीं आउंदियां सी उहदे वास्ते, क्योंकि टाइम नहीं लगता सी। ते एक मैं मतलब कि काम मैं करदे ही नहीं मुकदे, बिजी वाला सीगा, वीडियो बनाउंदा टाइम ही नहीं लगता जी। ते उदों स्कूल भी जाना हुंदा ਅਤੇ ਫਿਰ ਪੜ੍ਹਾਈ ਵੀ ਜ਼ਰੂਰੀ ਆ, ਤਾਂ ਕਰਕੇ ਜਿਹੜੀਆਂ ਵੀਡੀਓ ਨਹੀਂ ਆਈਆਂ ਇੰਨਾ ਚਿਰ ਮਾਫ਼ੀ ਚਾਹੁੰਦੇ ਹਾਂ। ਸੋ ਅੱਜ ਤਰੀਕ ਹੋ ਗਈ 5-6 ਅਕਤੂਬਰ, ਅਤੇ ਮੱਝਾਂ ਬੈਠੀਆਂ ਆਪਣੀਆਂ ਨਜ਼ਾਰੇ ਨਾਲ, ਖੜੀਆਂ ਬੈਠੀਆਂ ਵੀ ਆ, ਅਤੇ ਤੁਹਾਨੂੰ ਸਿਖਾਉਣੇ ਟਰੈਕਟਰ ਆਪਾਂ ਲਾਤਾ ਸੀ ਅੰਦਰ, ਕੱਲ੍ਹ ਲਿਆਂਦਾ ਤਵਾ ਕੇ, ਪਹਿਲਾਂ ਤੋਤਾ फिर डीजल मरवाया, फिर तोता फिर डीजल मरवाया, दूरा डीजल मरवाया, वेखो मारता ना चमका, वेख ऐ कला कला कर रहा हरा शो, तो डीजल मरवा के वेखो बनी गल के ऐ ट्रैक्टर तला था चमका मारन मगरों भी, तो सारे खिला रहा भी तो के ही हूँ झोने तक का सीजन, दो कु दिन तक तिन्ह तक चल पेना, चाचा का ट्रैक्टर तवालिए टाइम नहीं लगना। हूँ एक करिया रीझा लाइया कल पूरी चेक, मिट्टी नहीं दी देखो, लभो तो मिट्टी लभ दो करो चेक, जिथे मर्जी मैट भी साफ होता है, पूरे लाइट मीटर मूटर साफ, हैटर दिता चमका आप मारता उतो ही चमका, देखा झोने तो बाद लैमीनेशन करावे, अजे तक लैमीनेशन नहीं अपना ट्रैक्टर कराया, कोई माड़ी मोटी मोडिफिकेशन करावे बंपर ते अगे अपने चैनल का ना लिखावे, तो संद आप हारे धो धो के तुम पता लाते ही नहीं विखाए, तू वीडियो नहीं बनी, कणक ग्रैंड करने तो बाद वीडियो बना टाइम नहीं लगता ही, इनू धोने हूँ अज या सिर इन धोवे, इन घर धोवे, ਉਹਦਾ ਗੱਲ ਧਵਾ ਕੇ ਲਿਆਂਦਾ ਪਹਿਲਾਂ ਘਰ ਧੋਤਾ ਸੀ, ਅਤੇ ਰੂਟਾਵੀਟਰ 10 ਫੁੱਟ ਇਹ ਵੀ ਲਾਤਾ ਸੀ ਆਪਾਂ, ਤਵੀਆਂ ਟਰਾਲੀ ਇੱਧਰ ਟਰਾਲੀ ਖੱਡਾ ਜਿਹੜਾ ਇੱਥੇ ਚਾਰ ਵਾਲੇ ਉਹ ਢਾਤੇ ਸੀ, ਇਹ ਥਾਂ ਕਰਤਾ ਪੱਧਰ, ਇਹ ਸਾਰਾ ਸ਼ੈੱਡ ਪਾਉਣਾ ਆਪਾਂ ਬੀ ਵਾਲਾ, ਅਤੇ ਸੁਪਰ ਫਿਲਟਰ ਆਪਾਂ ਚੱਕ ਕੇ ਆ ਉਹ ਉੱਥੇ ਲੈ ਗਏ ਸੀ, ਉਹ ਤੁਹਾਨੂੰ ਵਿਖਾਇਆ ਸੀ, ਅਤੇ ਦੁਪਹਿਰ ਬੜੀ ਲੱਗੀ ਹੋਈ ਜੀ, 5 ਤਰੀਕ ਹੋ ਗਈ ਅਤੇ ਹਜੇ ਧੁੱਪ ਵੇਖੋ ਤੁਸੀਂ, ਹੈਂ ਅਤੇ ਮੈਂ ਇੱਧਰ ਮੱਝਾਂ ਲਾਇਆ, ਮੈਂ ਅੱਜ ਵੀਡੀਓ ਸ਼ੁਰੂ ਕਰੀਏ, ਮੈਂ ਨਹੀਂ ਤਾਂ ਬੰਦੇ ਆਪਣੇ ਗੁੱਸਾ ਕਰ ਜਾਂਦੇ ਹੁੰਦੇ ਆ, ਅਤੇ ਟਰੈਕਟਰ ਤਾਂ ਜੀ ਕਰਦਾ ਟਰੈਕਟਰ ਕੋਲ ਬੈਠੇ ਰਹੀਏ ਹੁਣ, ਅਤੇ ਬੰਪਰ ਆਪਣਾ ਅੱਗੋਂ ਸਾਰਾ ਖਾਲੀ ਆ, ਵੇਖੋ ਉਹਦਾ ਕੁਛ ਕਰ ਦਿੰਦੇ ਤਾਂ ਕਲਾਕਾਰੀ, ਤੁਹਾਨੂੰ ਵੀ ਵਿਖਾਵਾਂਗੇ, ਅਤੇ ਚੱਲਦੇ ਹਾਂ ਘਰ ਆਪਾਂ, ਦੁਪਹਿਰੇ ਆਪਣਾ ਕਿੱਧਰ ਤੁਰਿਆ ਫਿਰਦਾ ਮੈਂ, ਅਤੇ ਫਿਰ ਸ਼ਾਮ ਨੂੰ ਤੁਹਾਨੂੰ ਵਿਖਾ ਕੇ ਲਿਆਵਾਂ ਬਾਸਪਤੀ 1847-86-85, ਅਤੇ ਜੇ 1692 ਆਪਾਂ ਲਾਈ ਸੀ ਮੱਕੀ ਆਏ ਥਾਂ, ਅਤੇ ਕਿਤੇ ਸਾਰੀਆਂ ਮਤਲਬ ਵਿਖਾਵਾਂਗੇ ਕੀ ਉਹਨਾਂ ਦੀ ਹੈਗੀ ਆਪਣੇ ਮਤਲਬ ਕਿ ਇਸ ਟਾਈਮ ਕਹਿ ਹੋਈਆਂ ਖੜੀਆਂ, ਅਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਉਹਨੂੰ ਜਿਹੜੀ ਆ ਬਿਮਾਰੀ ਜਿਹੜੀ ਆ ਪੈਂਦੀ ਹੁੰਦੀ ਆ ਇਹ ਨਹੀਂ ਪਈ, ਇਹ ਜਿਹਦੇ 'ਤੇ ਆਪਾਂ ਟਰਾਈ ਸਾਈਕਲਾਂ ਜੋਲ ਕਰਦੇ ਹਾਂ, ਮੈਨੂੰ ਨਾਂ ਨਹੀਂ ਆਉਣ ਆਉਂਦਾ ਪਿਆ, ਅਤੇ ਉਹ ਮਤਲਬ ਕਿ ਨਵੀਆਂ ਵਰਾਇਟੀਆਂ ਤਾਂ ਕਿਸੇ 'ਤੇ ਵੀ ਨਹੀਂ ਆਈ, ਨਾ 1600-1692 ਨਾ 1847 ਨਾ 85 ਨਾ 86 ਕਿਸੇ 'ਤੇ ਵੀ ਨਹੀਂ ਆਈ, ਅਤੇ ਵਿਹਲੇ ਫਿਰਦੇ ਹਾਂ ਆਪਾਂ, ਅਤੇ ਪਰ ਆਪਾਂ ਨੂੰ ਉਂਝ ਬੜੇ ਕੰਮ ਆ, ਬੀ ਬੂ ਪੈਕ ਕੀਤਾ ਆਪਾਂ ਕਣਕ ਦਾ, ਅਤੇ 826 ਦਾ ਉੱਧਰ ਲੱਗੇ ਰਹੇ, ਅਤੇ ਸੋ ਹੁਣ ਆਪਾਂ ਚੱਲਦੇ ਹਾਂ ਘਰੇ, ਸ਼ਾਮ ਨੂੰ ਤੁਹਾਨੂੰ ਮਿਲਦੇ ਹਾਂ, ਅਤੇ ਇਹ ਤੁਹਾਨੂੰ ਖਾ ਕੇ ਲਿਆਵਾਂ, ਝੋਨਾ ਵੀ ਆਪਣੇ ਘਰ ਕੋਲ ਜਿਹੜਾ ਸਭ ਤੋਂ ਪਹਿਲਾਂ ਲੱਗਾ ਸੀ ਉਹ ਪੱਕਾ ਪਿਆ, ਉੱਧਰ ਗੇੜਾ ਮਾਰ ਕੇ ਆਵਾਂਗੇ, ਆ ਜਾਓ ਚੱਲਦੇ ਹਾਂ। ਸੋ ਹਾਂਜੀ ਵੀਰੇ, ਟਾਈਮ ਹੋ ਗਿਆ ਫਿਰ
7:30 8 ही बज चले ਅਤੇ ਸ਼ਾਮੀ ਟਾਈਮ ਹੀ ਲੱਗਾ ਵੀਡੀਓ ਬਣਾਉਣ ਦਾ ਅਤੇ ਅੱਜ ਆਪਾਂ ਕਰੇ ਅੱਜ ਤਾਂ ਵੀਡੀਓ ਬਣਾਉਣੀ ਅਤੇ ਅੰਦਰ ਝੋਨੇ ਦੀ ਤਿਆਰੀ ਹੋ ਜਾਂਦੀ ਹੈ ਆਪਣੇ ਜਿਹੜਾ ਬੂਹੇ ਅੱਗੇ ਕੋਲ ਪੱਕਿਆ ਪਿਆ ਉਹ ਵੀ ਸ਼ੈਂਦ ਅੱਜ ਵੱਢਣ ਸ਼ੈਂਦ ਅਤੇ ਜੇ ਬਾਕੀ ਤਾਂ ਪੱਕਾ ਉਹ ਬੰਦੇ ਜੇ ਗੱਲ ਕਹਿਤੀ ਉਹ ਹੋਣੀ ਹੋਣੀ ਇੱਧਰ ਆਪਾਂ ਪਾਣੀ ਲਾਇਆ ਇਹਨੂੰ ਗੋੜਦੇ ਹੁਣੇ ਗੋੜ ਕੇ ਇੱਥੇ ਸਬਜ਼ੀ ਸੁਬਜ਼ੀ ਬੀਜਦੇ ਹਾਂ ਲੇਟ ਬਹੁਤ ਹੋ ਗਿਆ ਕਿ ਪਾਲਕ ਪੂਲਕ ਬਾਹ ਲਈ ਆ ਗੋੜਦਾ ਹਰੀ ਮੈਂ ਅਤੇ ਮੈਂ ਉਦਾਂ ਘਾਹ ਹੜਿਆ ਨਾਲ ਨਿੰਮ ਸੜ ਗਈ ਵਿਚਾਰੀ ਅਤੇ ਪਹਿਲਾਂ ਤੁਹਾਨੂੰ ਵਿਖਾਉਣੇ ਹੁਣ ਆਏ ਨਾਲ ਚੱਲਦੇ ਹਾਂ ਉੱਧਰ ਨੂੰ ਅਤੇ ਚਾਰ ਵੀ ਆਪਣਾ ਵਾ ਵਾਹਵਾ ਹੀ ਪਿਆ ਜੀ 1886 ਵਿਖਾਉਣੇ ਤੁਹਾਨੂੰ 1847 ਅਤੇ ਆ ਝੋਨਾ ਹਮਨੇ ਚਾਚੇ ਕੇ ਵੀ ਪੱਕ ਚੱਲਿਆ ਬਸ ਤਿਆਰੀਆਂ ਜਾਂ ਹਫ਼ਤਾ ਕੁ ਮਾਹ ਹਫ਼ਤਾ 10 ਦਿਨ ਉਹਨਾਂ ਸਾਰੇ ਪੱਕ ਜਾਣੇ ਅਤੇ ਚੱਲਦੇ ਹਾਂ ਆਪਾਂ ਨੇੜੇ ਵੀਡੀਓ ਇੱਕਦਮ ਆਉਂਦੀਆਂ ਬਹੁਤ ਘੱਟ ਆ ਅਤੇ ਆਪਾਂ ਪਹੁੰਚ ਕੇ ਸਾਨੂੰ ਵਿਖਾਉਣੇ ਆ ਅਠਾਰਾਂ 47 ਪੱਕੀ ਪਈ ਬਸ ਤਿਆਰੀਆਂ ਜੇ ਵੀ ਨੇੜੇ ਹੀ ਆ ਕੰਮ ਇਹਦਾ ਤਰੇਲ ਬੜੀ ਇੱਦਾਂ ਸਿਰੇ ਸਿਰੇ ਦੇਖੋ ਤੁਸੀਂ ਇੱਕ ਮਿੰਟ ਚੈੱਕ ਕਰੋ ਖੜੀ ਹੈ ਫੱਟੀ ਮਾਰਮੀ ਇਹ ਇੱਧਰ ਦੇਖੋ ਇੱਕੋ ਜੀ ਸਾਰੀ ਇਹ ਹੈਗੀ 1.25 ਕਿੱਲਾ ਇਹ ਚੈੱਕ ਕਰੋ ਵੀ ਤਾਂ ਅਤੇ ਫਿਰ ਗੱਲ ਕਰੋ ਤਰੇਲ ਆ ਬੁੱਚੜ ਵੇਖ ਲਓ ਜਿਹੜੇ ਮਰਜ਼ੀ ਦਾ ਜਿਹੜੇ ਤਾਂ ਮਰਜ਼ੀ ਨਿਗਾਹ ਮਾਰ ਲਓ ਦੇਖੋ ਕਰੋ ਚੈੱਕ ਜਿਹੜੇ ਤਾਂ ਮਰਜ਼ੀ ਸਾਰੀ ਇੱਕੋ ਜੀ ਇਹਦਾ ਝਾੜ ਵੀ ਤੁਹਾਨੂੰ ਦੱਸਾਂਗੇ ਅਤੇ ਮੇਰੀ ਵੀਡੀਓ ਇੱਕ ਭਲੀ ਲੰਮੀ ਹੋ ਜਾਂਦੀ ਇਹਦੇ ਝਾੜ ਦੀ ਸਾਰੀ ਵੀਡੀਓ ਪਾਵਾਂਗੇ ਆਪਾਂ ਜਦੋਂ ਵੱਢੀ ਅਤੇ ਪਿਛਲੀ ਵਾਰੀ ਹੜੰਬੇ ਨਾਲ ਆਪਾਂ ਕੱਢੀ ਹੱਥ ਨਾਲ ਵੱਢ ਕੇ ਗਲਾ ਖਰਾਬ ਹੋਇਆ ਬੰਨਿਛਾਂ ਆਈ ਜਾਂਦੀਆਂ ਜ਼ੁਕਾਮ ਲੱਗਾ ਪਿਆ ਮੌਸਮ ਬਦਲਿਆ ਪਿਆ ਹੁਣ ਮੌਸਮ ਨਾਲ ਤਾਂ ਠੰਡਾ ਖਾਧਾ ਪੀਤਾ ਜਾਂਦਾ 1692 ਆ ਇਹ ਖਾਲੀ ਥਾਂ ਓਹੋ ਆਪਾਂ ਚੱਲਦੇ ਹਾਂ ਤੁਹਾਨੂੰ ਵਿਖਾਉਣ ਵੇਖ ਕੇ ਆਉਂਦੇ ਆਪਾਂ 1886 ਅਤੇ ਇੱਕ 1847 ਦਾ ਹੋਰ ਵਿਖਾਉਣੀ ਆ ਬਸ ਦਿਨ ਹੀ ਅੱਗੇ ਪਿੱਛੇ ਆ ਇਹ ਲੱਗੀ ਸੀ 20 ਜੁਲਾਈ ਨੂੰ ਜਿਹੜੀ ਹੁਣ ਤੁਹਾਨੂੰ ਵਿਖਾਈ ਆ ਜਿਹੜੀ ਹੁਣ ਤੁਹਾਨੂੰ ਵਿਖਾਉਣ ਉਹ ਲੱਗੀ ਆ 31 ਅਗਸਤ ਨੂੰ ਆ ਲੱਗੀ ਜੇ 1 ਅਗਸਤ ਨੂੰ ਧਰਤੀ ਹੋ ਗਈ ਦੇਖ ਲਓ 1 ਅਗਸਤ ਨੂੰ ਲੱਗੀ ਆ ਨਿਸਰ ਆਈ ਆ ਦਾਣਾ ਬੰਦਾ ਪਿਆ ਜੇ ਉਹ ਲੱਗੀ ਸੀ 20 ਜੁਲਾਈ ਨੂੰ 20 ਜੁਲਾਈ 25 ਨੂੰ ਇੱਥੇ ਜੇ ਲੱਗੀ ਸੀ ਇਹ ਸਾਰੀ 1 ਅਗਸਤ ਨੂੰ ਲੱਗੀ 4 ਪਾ ਕੇ ਵੇਖੋ ਸੋ ਹਾਂਜੀ ਵੀਰੇ ਟਾਈਮ ਹੋ ਗਿਆ ਜੇ 3:45 ਦਾ ਦੁਪਹਿਰਾਂ ਦੇ ਅਤੇ ਓ ਮਿੱਟੀ ਪੂਰੀ ਜਾਂਦੇ ਝੋਨਾ ਲੱਗੇ ਵੱਢਣ ਨਵੀਂ ਮਸ਼ੀਨ ਨਾਲ ਪਾਉ ਨਵੀਂ ਜਾਂਦੇ ਹੀ ਐਸੀ ਮਸ਼ੀਨ ਚੱਲਦੀ ਪਈ ਆ ਪਰਲੇ ਖੇਤਰ ਉਹ ਉੱਥੋਂ ਵੱਲੀ ਵੱਢਦੇ ਆ ਪੂਰਦੇ ਪਏ ਮਿੱਟੀ
ਹੋ ਲੱਗੇ ਸਕੂਟਰੀ ਖੜੀ ਆ ਉਹ ਆ ਵੱਢਣ ਗਏ ਲਿਆਉਣੇ ਇੱਥੇ ਆਈ ਫਿਰ ਵੀਡੀਓ ਬਣਾਵਾਂਗੇ ਰੀਲ ਵੀ ਬਣਾਵਾਂਗੇ ਅਤੇ ਪੈਣੇ ਆ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਇੱਕ ਤਾਂ ਗਲਾ ਖਰਾਬ ਹੋਇਆ ਪਿਆ ਬੋਲਿਆ ਨਹੀਂ ਜਾਂਦਾ ਸੋ ਇਹਨੇ ਆਪਾਂ ਪੱਠੇ ਪੁੱਠੇ ਪਾਉਣੇ ਆ ਨਾਲੇ ਅਤੇ ਫਿਰ ਵਿਹਲੇ ਆਪਾਂ ਵਿਹਲੇ ਸੋ ਆਇਓ ਚੱਲਦੇ ਵਿਹਲੇ ਹਾਂ ਆਪਾਂ ਨਾ ਹਜੇ ਵੱਢਣੀ ਹੈ ਹਰੀ ਖੜੀ ਆਪਣੀ ਨਜ਼ਾਰੇ ਲੈਂਦੇ ਹਜੇ ਜਿੱਦਣ ਲੱਗ ਪਏ ਫਿਰ ਬਸ ਵੀਡੀਓ ਵੀਡੀਓ ਹੋਣੀਆਂ ਫਿਰ ਤਾਂ ਵੀਡੀਓ ਅਤੇ ਰੀਲਾਂ ਇਹ ਹੀ ਪੈਣੀਆਂ ਆਪਣੇ ਅਤੇ ਸੋ ਆਉਂਦੀ ਮਸ਼ੀਨ ਫਿਰ ਤੁਹਾਨੂੰ ਵਿਖਾਉਣੀ ਆ ਉਹ ਮਸ਼ੀਨ ਤਾਂ ਵੀ ਗਈ ਪਾ ਕੇ ਵੱਢ ਵੀ ਦਿੱਤਾ ਤੀਜਾ ਟਾਪਾ ਵੀ ਪੈ ਚੱਲਿਆ ਗੱਲ ਉਹ ਚੈੱਕ ਫਿਰ ਆਪਾਂ ਹੁਣ ਚੱਲ ਕਹੋ ਖੜਾ ਟਰੈਕਟਰ ਦੋ ਚਲੇ ਗਏ ਆ ਦੇਖੋ ਇਹ ਹੈਗਾ ਪੂਛਾ ਇਹ ਗਾ ਸਿਕੰਦਰ ਨਹੀਂ ਗਾ ਪਾਵਰ ਤੇ ਮੋੜਦਾ ਇਹ ਨਵਾਂ ਡਰਾਈਵਰ ਆ ਤੇਰੀ ਭੈਣ ਹੌਲੀ ਆ ਕੰਜਰਾ ਗੁੱਸਾ ਚੜੀ ਜਾਂਦਾ ਸਿੱਧਾ ਕਿ ਚਲਾਉਣਾ ਨਹੀਂ ਆਉਂਦਾ ਤਾਂ ਜਾ ਕੇ ਸੋ ਹਾਂਜੀ ਵੀਰੇ ਆਪਾਂ ਪਾ ਗਏ ਦੁੱਧ ਡੇਰੀ ਤੇ ਸਕੂਟਰੀ ਲੈਟ ਵਾਲੀ ਤੇ ਭੱਜਦੀ ਬੜੀ ਜੇ ਸਵਾਦ ਬੜਾ ਹੋ ਜਾਂਦਾ ਚਲਾਉਣ 'ਚ ਇਸ ਵੀਡੀਓ ਦੀ ਆਪਾਂ ਐਂਡਿੰਗ ਇੱਥੇ ਕਰਦੇ ਅਤੇ ਝੋਨਾ ਆਪਣਾ ਤਲਾ ਕੇ ਆਏ ਸੀ ਠੀਕ ਰਹਿ ਗਿਆ ਝਾੜ 80-85 ਮਨ ਦਾ ਸੋ ਆਪਾਂ ਚੱਲਦੇ ਘਰ ਰਾਹ ਚੱਲਣਾ ਪਿਆ ਸੋ ਧੰਨਵਾਦ ਸਾਰੇ ਵੀਰਾਂ ਦਾ ਜਲਦ ਮਿਲਦੇ ਕਿਸੇ ਨਵੀਂ ਅਗਲੀ ਵੀਡੀਓ 'ਚ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ And I know I'll know Hand in hand like left, right, left, right, oh